ਸੋਨੇ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਦੇ ਕੋਲੋਂ ਲੁੱਟ ਖੋਹ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਦੁਕਾਨ ਦੇ ਵਿੱਚ ਵੜ ਕੇ ਸ਼ਰੇਆਮ ਬਦਮਾਸ਼ਾਂ ਨੇ ਹਥਿਆਰਾਂ ਦੇ ਦਮ ਤੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਇਹੀ ਨਹੀਂ, ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਹ ਕਾਰੀਗਰ ਨੂੰ ਇੱਕ ਗਲੀ ਦੇ ਵਿੱਚ ਵੀ ਲੈ ਕੇ ਗਏ ਨੇ, ਜਿੱਥੇ ਜਾ ਕੇ ਉਸਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਤੇ ਉਸਦੇ ਸਾਰੇ ਗਹਿਣੇ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਦੂਜੇ ਪਾਸੇ ਕਾਰੀਗਰ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਨੂੰ ਇਸ ਘਟਨਾ ਸੰਬੰਧੀ ਸੂਚਨਾ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬਦਮਾਸ਼ਾਂ ਦੇ ਹੌਸਲੇ ਇੱਕ ਵਾਰ ਫੇਰ ਤੋਂ ਬੁਲੰਦ ਨਜ਼ਰ ਆ ਰਹੇ ਨੇ। ਦਿਨ ਦਿਹਾੜੇ ਉਹਨਾਂ ਦੇ ਵੱਲੋਂ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਇੱਕ ਸੋਨੇ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਦੇ ਕੋਲੋਂ ਸੋਨੇ ਦੇ ਗਹਿਣਿਆਂ ਦੀ ਲੁੱਟ ਕੀਤੀ ਗਈ ਹੈ। ਹਾਲਾਂਕਿ ਇਹੀ ਨਹੀਂ, ਉਹਨਾਂ ਨੇ ਇੱਕ ਗਲੀ ਦੇ ਵਿੱਚ ਲਿਜਾ ਕੇ ਉਸ ਕਾਰੀਗਰ ਦੇ ਨਾਲ ਕੁੱਟਮਾਰ ਵੀ ਕੀਤੀ ਤੇ ਉਸਨੂੰ ਬੁਰੇ ਤਰੀਕੇ ਦੇ ਨਾਲ ਗੰਭੀਰ ਜ਼ਖਮੀ ਕਰਕੇ ਗਲੀ ਦੇ ਵਿੱਚ ਹੀ ਛੱਡ ਕੇ ਫਰਾਰ ਹੋ ਗਏ ਨੇ ਤੇ ਹੁਣ ਇਸ ਘਟਨਾ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ। ਲੱਗਾ ਵਾ ਸੋਨੇ ਦੀ ਲੁੱਟ ਹੋਈ ਆ, ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋਹ ਕੇ ਲੈ ਗਏ ਆ, ਅਜੇ ਤਸਦੀਕ ਕਰ ਰਹੇ ਆ। SHO ਸਾਹਿਬ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਖਣੇ ਆ, ਵੈਰੀਫਾਈ ਕਰਨੇ ਆ ਵੀ ਕਿੱਥੇ ਹੋਈ ਆ, ਕਿੰਨੇ ਕੁ ਦੀ ਲੁੱਟ ਹੋਈ ਆ, ਕੋਈ ਕੁਝ ਮਾੜਾ ਮੋਟਾ? ਇਹ ਅਜੇ ਕਨਫਰਮ ਨਹੀਂ, ਇਹ ਪਤਾ ਲੱਗੂਗਾ ਵੀ ਕਿਹੜੇ ਹਸਪਤਾਲ ਲੈ ਕੇ ਗਏ ਆ। ਇਹ ਲੁੱਟ ਹੋਈ ਕਿਹੜੀ ਥਾਂ ਤੇ ਜੀ? ਇਹ BK ਸਕੂਲ ਦੇ ਲਾਗੇ ਦੱਸਦੇ ਕਿਤੇ। ਅੱਛਾ, BK ਸਕੂਲ ਦੇ। ਚਲੋ, ਕੈਮਰਾ ਵਗੈਰਾ CCTV ਤੁਹਾਡੇ ਕੋਲੋਂ ਤੁਸੀਂ ਖੰਗਾਲਿਆ ਜਾ ਰਿਹਾ? ਸਰ ਵੇਖਾਂਗੇ ਜੀ, ਜ਼ਰੂਰ ਉਹੀ ਵੇਖਣ ਡਿਆ, ਇਹਦੇ ਕੋਸ਼ਿਸ਼ ਕਰਨ ਡਿਆ। ਕਿੰਨੇ ਕੁ ਟਾਈਮ ਸੀ ਸਰ ਕੁਝ ਪਤਾ ਲੱਗੇ? ਕੋਈ ਟਾਈਮ 6:30 ਦੇ ਅਗਰੀ ਦੱਸਣ ਦੇ। ਸੋਨੇ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਦੇ ਕੋਲੋਂ ਲੁੱਟ ਖੋਹ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਦੁਕਾਨ ਦੇ ਵਿੱਚ ਵੜ ਕੇ ਸ਼ਰੇਆਮ ਬਦਮਾਸ਼ਾਂ ਨੇ ਹਥਿਆਰਾਂ ਦੇ ਦਮ ਤੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਇਹੀ ਨਹੀਂ, ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਹ ਕਾਰੀਗਰ ਨੂੰ ਇੱਕ ਗਲੀ ਦੇ ਵਿੱਚ ਵੀ ਲੈ ਕੇ ਗਏ ਨੇ, ਜਿੱਥੇ ਜਾ ਕੇ ਉਸਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਤੇ ਉਸਦੇ ਸਾਰੇ ਗਹਿਣੇ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਦੂਜੇ ਪਾਸੇ ਕਾਰੀਗਰ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਨੂੰ ਇਸ ਘਟਨਾ ਸੰਬੰਧੀ ਸੂਚਨਾ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬਦਮਾਸ਼ਾਂ ਦੇ ਹੌਸਲੇ ਇੱਕ ਵਾਰ ਫੇਰ ਤੋਂ ਬੁਲੰਦ ਨਜ਼ਰ ਆ ਰਹੇ ਨੇ। ਦਿਨ ਦਿਹਾੜੇ ਉਹਨਾਂ ਦੇ ਵੱਲੋਂ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਇੱਕ ਸੋਨੇ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਦੇ ਕੋਲੋਂ ਸੋਨੇ ਦੇ ਗਹਿਣਿਆਂ ਦੀ ਲੁੱਟ ਕੀਤੀ ਗਈ ਹੈ। ਹਾਲਾਂਕਿ ਇਹੀ ਨਹੀਂ, ਉਹਨਾਂ ਨੇ ਇੱਕ ਗਲੀ ਦੇ ਵਿੱਚ ਲਿਜਾ ਕੇ ਉਸ ਕਾਰੀਗਰ ਦੇ ਨਾਲ ਕੁੱਟਮਾਰ ਵੀ ਕੀਤੀ ਤੇ ਉਸਨੂੰ ਬੁਰੇ ਤਰੀਕੇ ਦੇ ਨਾਲ ਗੰਭੀਰ ਜ਼ਖਮੀ ਕਰਕੇ ਗਲੀ ਦੇ ਵਿੱਚ ਹੀ ਛੱਡ ਕੇ ਫਰਾਰ ਹੋ ਗਏ ਨੇ ਤੇ ਹੁਣ ਇਸ ਘਟਨਾ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ। ਲੱਗਾ ਵਾ ਸੋਨੇ ਦੀ ਲੁੱਟ ਹੋਈ ਆ, ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋਹ ਕੇ ਲੈ ਗਏ ਆ, ਅਜੇ ਤਸਦੀਕ ਕਰ ਰਹੇ ਆ। SHO ਸਾਹਿਬ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਖਣੇ ਆ, ਵੈਰੀਫਾਈ ਕਰਨੇ ਆ ਵੀ ਕਿੱਥੇ ਹੋਈ ਆ, ਕਿੰਨੇ ਕੁ ਦੀ ਲੁੱਟ ਹੋਈ ਆ, ਕੋਈ ਕੁਝ ਮਾੜਾ ਮੋਟਾ? ਇਹ ਅਜੇ ਕਨਫਰਮ ਨਹੀਂ, ਇਹ ਪਤਾ ਲੱਗੂਗਾ ਵੀ ਕਿਹੜੇ ਹਸਪਤਾਲ ਲੈ ਕੇ ਗਏ ਆ। ਇਹ ਲੁੱਟ ਹੋਈ ਕਿਹੜੀ ਥਾਂ ਤੇ ਜੀ? ਇਹ BK ਸਕੂਲ ਦੇ ਲਾਗੇ ਦੱਸਦੇ ਕਿਤੇ। ਅੱਛਾ, BK ਸਕੂਲ ਦੇ। ਚਲੋ, ਕੈਮਰਾ ਵਗੈਰਾ CCTV ਤੁਹਾਡੇ ਕੋਲੋਂ ਤੁਸੀਂ ਖੰਗਾਲਿਆ ਜਾ ਰਿਹਾ? ਸਰ ਵੇਖਾਂਗੇ ਜੀ, ਜ਼ਰੂਰ ਉਹੀ ਵੇਖਣ ਡਿਆ, ਇਹਦੇ ਕੋਸ਼ਿਸ਼ ਕਰਨ ਡਿਆ। ਕਿੰਨੇ ਕੁ ਟਾਈਮ ਸੀ ਸਰ ਕੁਝ ਪਤਾ ਲੱਗੇ? ਕੋਈ ਟਾਈਮ 6:30 ਦੇ ਅਗਰੀ ਦੱਸਣ ਦੇ। 6:30 ਦੇ।